ਅਸਲਾਮ ਅਲੈਕਮ ਜੀ। ਅੱਲਾਹ ਪਾਕ ਦੇ ਫਜ਼ਲ ਕਰਮ ਅਤੇ ਰਹਿਮਤ ਨਾਲ ਮੈਂ ਖੈਰ ਖਰੀਅਤ ਨਾਲ ਹਾਂ ਅਤੇ ਉਮੀਦ ਕਰਨਾ ਤੁਸੀਂ ਵੀ ਸਾਰੇ ਖੈਰ ਖਰੀਅਤ ਨਾਲ ਹੋਵੋਗੇ। ਅੱਜ ਅਸੀਂ ਜਰਮਨੀ ਦੇ ਸ਼ਹਿਰ ਡਰਮਸਟਡ ਵਿੱਚ ਆਏ ਹਾਂ ਅਤੇ ਆਓ ਤੁਹਾਨੂੰ ਇਸ ਇਲਾਕੇ ਦਾ ਸੈਰ ਕਰਵਾਉਂਦੇ ਹਾਂ, ਵਿਜ਼ਿਟ ਕਰਵਾਉਂਦੇ ਹਾਂ। ਸਾਡੇ ਨਾਲ ਜੁੜੇ ਰਹੋ ਜੇ। ਬਹੁਤ ਹੀ ਪਿਆਰਾ, ਬਹੁਤ ਹੀ ਖੂਬਸੂਰਤ ਸ਼ਹਿਰ ਹੈ। ਇਸ ਟਾਈਮ ਅਸੀਂ ਡਰਮਸਟਡ ਦੇ ਸਟੇਸ਼ਨ 'ਤੇ ਹਾਂ। ਇਹ ਜੀ ਇਸ ਦਾ ਸਟੇਸ਼ਨ ਹੈ। ਮਾਸ਼ਾਅੱਲਾ ਬਹੁਤ ਹੀ ਪਿਆਰਾ ਖੂਬਸੂਰਤ ਸ਼ਹਿਰ ਹੈ। ਇਸ ਦਾ ਮੇਨ ਸਟੇਸ਼ਨ ਹੈ। DB ਦਾ ਮਤਲਬ ਹੈ ਜੀ ਡੁੱਚ ਬਾਂਧ। ਡੁੱਚ ਲੈਂਗੁਏਜ ਦੇ ਵਿੱਚ ਲਿਖਿਆ ਹੈ ਡੁੱਚ ਬਾਂਧ ਸਟੇਸ਼ਨ। ਇਹ ਜੀ ਇਲਾਕਾ ਹੈ ਡਰਮਸਟਡ। ਇਹ ਮੇਨ ਸਟੇਸ਼ਨ ਹੈ। ਇਹ ਮੇਨ ਸ਼ਹਿਰ ਹੈ ਜਿਹੜਾ ਤੁਸੀਂ ਵੇਖ ਰਹੇ ਜੇ। ਬਹੁਤ ਹੀ ਖੂਬਸੂਰਤ ਸ਼ਾਨਦਾਰ ਇਲਾਕਾ। ਇਹ ਟਰਾਮ ਚੱਲਦੀ ਹੈ ਪਈ, ਬੱਸਾਂ ਚੱਲਦੀਆਂ ਨੇ ਪਈਆਂ ਸ਼ਹਿਰ ਦੇ ਵਿੱਚ। ਇਹ ਕਬੂਤਰ ਆਪਣਾ ਦਾਣਾ ਪੇ ਚੁਗਦੇ ਨੇ। ਜਰਮਨੀ ਦੇ ਵਿੱਚ ਸਾਈਕਲ ਦਾ ਇਸਤੇਮਾਲ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ। ਇਸ ਵਜ੍ਹਾ 'ਤੇ ਤੁਹਾਨੂੰ ਜਗ੍ਹਾ ਜਗ੍ਹਾ 'ਤੇ ਇਹਨਾਂ ਦੇ ਸਟੈਂਡ ਮਿਲਣਗੇ ਸਾਈਕਲਾਂ ਦੇ ਵੀ। ਇਹ ਜੀ ਸਟੇਸ਼ਨ ਦੀ ਬਿਲਡਿੰਗ ਚੈੱਕ ਕਰੋ, ਬਹੁਤ ਪੁਰਾਣੀ ਅਤੇ ਸ਼ਾਨਦਾਰ ਬਿਲਡਿੰਗ। ਚਲੋ ਸਾਡੇ ਨਾਲ, ਤੁਹਾਨੂੰ ਅੰਦਰੋਂ ਵੀ ਵਿਖਾਉਂਦੇ ਹਾਂ ਸਟੇਸ਼ਨ ਵੀ। ਇਹ ਜੀ ਸਟੇਸ਼ਨ ਦਾ ਅੰਦਰ। ਸਾਡੇ ਨਾਲ ਆਓ, ਤੁਹਾਨੂੰ ਵਿਖਾਉਂਦੇ ਹਾਂ ਟ੍ਰੇਨ ਦਾ ਇੱਕ ਪੁਰਾਣਾ ਮਾਡਲ ਜਿਹੜਾ ਸਟੇਸ਼ਨ ਦੇ ਵਿੱਚ ਖੜ੍ਹਾ ਕੀਤਾ ਇਹਨਾਂ ਨੇ। ਜੀ ਇੱਕ ਸ਼ਾਨਦਾਰ ਮਾਡਲ। ਇਹ ਜੀ ਇਹਦੇ ਹਿਸਟਰੀ ਵੀ ਲਿਖੀ ਹੈ। ਇੱਕ ਛੋਟਾ ਜਿਹਾ ਨਵਾਂ ਮਾਡਲ। ਇਸ ਦੇ ਨਾਲ ਹੀ ਸਾਨੂੰ ਇਜਾਜ਼ਤ ਦਿਓ। ਆਪਣਾ ਅਤੇ ਆਪਣੇ ਗਿਰਦਨਵਾ ਦਾ ਖਾਸ ਖਿਆਲ ਰੱਖਿਓ ਅਤੇ ਦੁਆਵਾਂ 'ਚ ਯਾਦ ਰੱਖਿਓ। ਇਨਸ਼ਾਅੱਲਾ ਨਵੀਂ ਵੀਡੀਓ 'ਚ ਨਵੀਂ ਜਗ੍ਹਾ 'ਤੇ ਫਿਰ ਤੁਹਾਡੇ ਨਾਲ ਹਾਜ਼ਰ ਹੋਵਾਂਗੇ। ਇਜਾਜ਼ਤ ਦਿਓ। ਅੱਲਾਹ ਹਾਫਿਜ਼।